ਮੈਂ ਇਹ ਵੀ ਪ੍ਰਾਰਥਨਾ ਕਰਦਾ ਹਾਂ ਕਿ ਕੁਛ ਤਾਕਤਾਂ ਲੱਗੀਆਂ ਹੈ ਜਿਹੜੀਆਂ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਕੇ ਇੱਥੇ ਪੋਲਰਾਈਜੇਸ਼ਨ ਕਰਨਾ ਚਾਹੁੰਦੀਆਂ। ਅੱਜ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਕਿਆ ਇੱਥੇ ਪੋਲਰਾਈਜੇਸ਼ਨ ਹੋਣ ਦੇਣੀ ਹੈ ਜਾਂ ਨਹੀਂ ਹੋਣ ਦੇਣੀ। ਪੰਜਾਬੀਆਂ ਨੇ ਇਸ ਗੱਲ ਦਾ ਵੀ ਫੈਸਲਾ ਕਰਨਾ ਹੈ ਕਿ ਪੋਲਰਾਈਜੇਸ਼ਨ ਕਿਹਨੂੰ ਸੂਟ ਕਰਦੀ ਹੈ। ਜੇ ਪੋਲਰਾਈਜੇਸ਼ਨ ਹੁੰਦੀ ਹੈ ਉਹਦਾ ਫਾਇਦਾ ਕਿਹਨੂੰ ਹੈ? ਅਗਰ ਪੋਲਰਾਈਜੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚੋਂ ਗੇਨਰ ਕੌਣ ਹੈ? ਅਸੀਂ ਇਸ ਗੱਲ ਦਾ ਅਹਿਦ ਕੀਤਾ ਹੈ ਕਿ ਆਪਣਾ ਖੂਬਸੂਰਤ ਜਿਹੜਾ ਪਾਸਟ ਹੈ, ਗੌਰਵਮਈ ਪਾਸਟ ਹੈ ਕਾਂਗਰਸ ਦਾ, ਪਿਛੋਕੜ ਹੈ, ਅਸੀਂ ਉਸ ਪਿਛੋਕੜ 'ਤੇ ਖੜ੍ਹਦੇ ਹਾਂ, ਆਪਣਾ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ, ਲੇਕਿਨ ਪੰਜਾਬ ਨੂੰ ਦੂਜਾ ਕਸ਼ਮੀਰ ਨਹੀਂ ਬਣਨ ਦੇਵਾਂਗੇ। ਹਰ ਕੁਰਬਾਨੀ ਦੇ ਕੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਮਜ਼ਬੂਤ ਰੱਖਣ ਵਾਸਤੇ, ਇਹਨੂੰ ਕਾਇਮ ਰੱਖਣ ਵਾਸਤੇ ਜਿਹੜੀ ਸਾਡੀ ਪਾਰਟੀ, ਅਸੀਂ ਲੋਕ ਇਸ ਗੱਲ ਦਾ ਅਹਿਦ ਕਰਦੇ ਹਾਂ ਪੰਜਾਬੀਆਂ ਨਾਲ ਕਿ ਅੱਜ ਇੱਕ ਮੌਕਾ ਹੈ ਸਮੇਂ ਦੀ ਨਜ਼ਾਕਤ ਨੂੰ ਪਛਾਣਨ ਦਾ, ਉਹਨਾਂ ਤਾਕਤਾਂ ਨੂੰ ਪਛਾਣਨ ਦਾ ਜਿਹੜੇ ਲੱਗੇ ਨੇ ਕਿ ਪੰਜਾਬੀ ਸੁਸਾਇਟੀ ਵੀ, ਜਿਵੇਂ ਦੇਸ਼ ਦੇ ਕੁਛ ਖਿੱਤਿਆਂ ਦੇ ਅੰਦਰ ਲੋਕ ਵੰਡੇ ਗਏ, ਪੋਲਰਾਈਜੇਸ਼ਨ ਹੋਇਆ, ਪੰਜਾਬ 'ਚ ਵੀ ਪੋਲਰਾਈਜੇਸ਼ਨ ਹੋਵੇ, ਕਾਂਗਰਸ ਪਾਰਟੀ ਆਪਣੀ ਵਾਹ ਲਾਏਗੀ ਪੂਰੀ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤਨਦੇਹੀ ਦੇ ਨਾਲ ਕਿ ਪੰਜਾਬ ਦਾ ਭਾਈਚਾਰਕ ਸਾਂਝ ਕਿਸੇ ਵੀ ਕੀਮਤ 'ਤੇ ਖਰਾਬ ਨਾ ਹੋਵੇ। ਮੈਂ ਇਹ ਵੀ ਪ੍ਰਾਰਥਨਾ ਕਰਦਾ ਕਿ ਕੁਛ ਤਾਕਤਾਂ ਲੱਗੀਆਂ ਹੈ ਜਿਹੜੀਆਂ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਕੇ ਇੱਥੇ ਪੋਲਰਾਈਜੇਸ਼ਨ ਕਰਨਾ ਚਾਹੁੰਦੀਆਂ। ਅੱਜ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਕਿਆ ਇੱਥੇ ਪੋਲਰਾਈਜੇਸ਼ਨ ਹੋਣ ਦੇਣੀ ਹੈ ਜਾਂ ਨਹੀਂ ਹੋਣ ਦੇਣੀ। ਪੰਜਾਬੀਆਂ ਨੇ ਇਸ ਗੱਲ ਦਾ ਵੀ ਫੈਸਲਾ ਕਰਨਾ ਹੈ ਕਿ ਪੋਲਰਾਈਜੇਸ਼ਨ ਕਿਹਨੂੰ ਸੂਟ ਕਰਦੀ ਹੈ। ਜੇ ਪੋਲਰਾਈਜੇਸ਼ਨ ਹੁੰਦੀ ਹੈ ਉਹਦਾ ਫਾਇਦਾ ਕਿਹਨੂੰ ਹੈ? ਅਗਰ ਪੋਲਰਾਈਜੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚੋਂ ਗੇਨਰ ਕੌਣ ਹੈ? ਅਸੀਂ ਇਸ ਗੱਲ ਦਾ ਅਹਿਦ ਕੀਤਾ ਹੈ ਕਿ ਆਪਣਾ ਖੂਬਸੂਰਤ ਜਿਹੜਾ ਪਾਸਟ ਹੈ, ਗੌਰਵਮਈ ਪਾਸਟ ਹੈ ਕਾਂਗਰਸ ਦਾ, ਪਿਛੋਕੜ ਹੈ, ਅਸੀਂ ਉਸ ਪਿਛੋਕੜ 'ਤੇ ਖੜ੍ਹਦੇ ਹਾਂ, ਆਪਣਾ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ, ਲੇਕਿਨ ਪੰਜਾਬ ਨੂੰ ਦੂਜਾ ਕਸ਼ਮੀਰ ਨਹੀਂ ਬਣਨ ਦੇਵਾਂਗੇ। ਹਰ ਕੁਰਬਾਨੀ ਦੇ ਕੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਮਜ਼ਬੂਤ ਰੱਖਣ ਵਾਸਤੇ, ਇਹਨੂੰ ਕਾਇਮ ਰੱਖਣ ਵਾਸਤੇ ਜਿਹੜੀ ਸਾਡੀ ਪਾਰਟੀ, ਅਸੀਂ ਲੋਕ ਇਸ ਗੱਲ ਦਾ ਅਹਿਦ ਕਰਦੇ ਹਾਂ ਪੰਜਾਬੀਆਂ ਨਾਲ ਕਿ ਅੱਜ ਇੱਕ ਮੌਕਾ ਹੈ ਸਮੇਂ ਦੀ ਨਜ਼ਾਕਤ ਨੂੰ ਪਛਾਣਨ ਦਾ, ਉਹਨਾਂ ਤਾਕਤਾਂ ਨੂੰ ਪਛਾਣਨ ਦਾ ਜਿਹੜੇ ਲੱਗੇ ਨੇ ਕਿ ਪੰਜਾਬੀ ਸੁਸਾਇਟੀ ਵੀ, ਜਿਵੇਂ ਦੇਸ਼ ਦੇ ਕੁਛ ਖਿੱਤਿਆਂ ਦੇ ਅੰਦਰ ਲੋਕ ਵੰਡੇ ਗਏ, ਪੋਲਰਾਈਜੇਸ਼ਨ ਹੋਇਆ, ਪੰਜਾਬ 'ਚ ਵੀ ਪੋਲਰਾਈਜੇਸ਼ਨ ਹੋਵੇ, ਕਾਂਗਰਸ ਪਾਰਟੀ ਆਪਣੀ ਵਾਹ ਲਾਏਗੀ ਪੂਰੀ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤਨਦੇਹੀ ਦੇ ਨਾਲ ਕਿ ਪੰਜਾਬ ਦਾ ਭਾਈਚਾਰਕ ਸਾਂਝ ਕਿਸੇ ਵੀ ਕੀਮਤ 'ਤੇ ਖਰਾਬ ਨਾ ਹੋਵੇ।